ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਸਾਡੇ ਪਿੰਡ ਵਾਲੇ ਲੱਗੇ ਹੋਏ ਆ ਗੁੱਡੀ ਫੂਕਣ, ਗਲਗਲੇ ਗਲਗਲੇ ਬਣਾਏ ਹੋਏ। ਇਹਨਾਂ ਨੇ ਕਹਿੰਦੇ ਵੀ ਮੀਂਹ ਪਵਾਉਣਾ, ਕਿਉਂਕਿ ਬਈ ਆਲੇ ਦੁਆਲੇ ਦੇ ਸਾਰੇ ਪਿੰਡਾਂ 'ਚ ਮੀਂਹ ਪੈ ਜਾਂਦਾ ਅਤੇ ਸਾਡੇ ਪਿੰਡ 'ਚ ਨਹੀਂ ਪੈਂਦਾ ਹੈਗਾ। ਮੈਂ ਕਿਹਾ ਚਲੋ ਬਣਾ ਲਈਏ, ਵੀਡੀਓ ਕਰਦੇ ਹਾਂ ਬਾਈ ਹੋਰਾਂ ਨਾਲ ਸਾਂਝੀ, ਜਿੰਨੇ ਵੀ ਆਪਣੇ ਨਾਲ ਸਾਰੇ ਭਰਾ ਜੁੜੇ ਹੋਏ ਆ ਜੀ। ਆ ਜਾਓ ਫਿਰ ਵੀਡੀਓ ਦੇ ਅਖੀਰ ਤੱਕ ਬਣੇ ਰਹੋ, ਤੁਹਾਨੂੰ ਅਖੀਰ ਤੱਕ ਦਿਖਾਵਾਂਗੇ ਬੁੜੀਆਂ ਕਿ ਕਿੱਦਾਂ ਹੈ ਨਾ ਇਹਦੇ 'ਚ ਰੋਂਦੀਆਂ ਨੇ ਗੁੱਡੀ ਨੂੰ। ਅਤੇ ਬਾਈ ਬਣ ਕੇ ਜਿਹਨੂੰ ਇਹਦਾ ਇਤਿਹਾਸ ਪਤਾ ਵੀ ਕਦੋਂ ਫੂਕੀ ਜਾਂਦੀ ਉਹ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ। ਅਤੇ ਸਾਡੇ ਪਿੰਡ ਸੰਤ ਨੇਗੇ ਬਾਬਾ ਮੱਖਣ ਦਾਸ ਜੀ, ਅਤੇ ਉਹਨਾਂ ਨੇ ਫੁਕਵਾਈ ਇਹ ਗੁੱਡੀ, ਕਹਿੰਦੇ ਵੀ ਗੁੱਡੀ ਫੁੱਕੋ ਮੀਂਹ ਪੈ ਜੂਗਾ ਅਤੇ ਗੁੱਡੀ ਕਰਨਗੇ ਸਾਡੇ ਪਿੰਡ 'ਚ। ਗੁੱਡੀ ਤੋਂ ਆਹ ਦੇਖ ਲਓ ਤੁਸੀਂ ਗੁੱਡੀ ਬਣਾਈ, ਛੋਟੇ ਛੋਟੇ ਜਿਹੇ ਬੱਚੇ ਨੇ ਇਹ ਚੱਕੀ ਲਈ ਜਾਂਦੇ ਹੈਗੇ ਅਤੇ ਕੁੱਕਾਂ ਰੌਲੀ ਬਹੁਤ ਪਾ ਰਹੇ ਹੈਗੇ, ਤੁਸੀਂ ਸੁਣੀ ਰਹੇ ਹੋਵੋਗੇ। ਪਾਉਣੇ ਆ ਪਾਉਣੇ ਆ ਬੂਆ ਪਾਉਣੇ ਆ, ਪਾਵਾਂਗੇ ਪਾਵਾਂਗੇ ਬੂਆ। ਪਰਾ ਪਰਾ
ਚਲੋ ਵੀ ਚਲੋ ਸੰਗ ਤੋਂ ਕਰਾ ਮੀਂਹ ਪਵਾ ਦੋ ਮੀਂਹ ਪਵਾ ਦੋ ਮੀਂਹ ਪਵਾ ਦੋ ਗੁੱਡੀ ਵੀਡੀਓ ਹੀ ਬਣਾ ਲੈ।